कोई दरवाजा तक नहीं मिल गया। मैं घूम के फिर चार किसे घूम के फिर दोबारा उत्थे आ गया, पर मैं अंदर एंटर होने वास्ते कोई ये साढ़े सरकारां दी नलायकी है कि सरकार इहो जिहड़े इतिहासक धरोहर ने उन्होंने संभाल नहीं कर रही। ਇਹਦੀ ਸੁਰੱਖਿਆ ਲਈ ਬਣੇ ਹੋਏ ਜਿਹੜੇ ਨੇ ਕਿਲ੍ਹੇ ਸੁਰੱਖਿਆ ਲਈ ਬਣੇ ਹੋਏ ਨੇ, ਸ਼ਾਇਦ ਇਹਨਾਂ ਦੀ ਦੁਸ਼ਮਣ 'ਤੇ ਹਮਲਾ ਰੋਕਣ ਲਈ ਇਹਨਾਂ 'ਤੇ ਫਾਇਰਿੰਗ ਹੁੰਦੀ ਸੀ। ਇਹ ਹਾਲਾਤ ਦੇਖੋ, ਇਹ ਹਾਲਾਤ ਨੇ ਕਿਲ੍ਹੇ ਦੇ, ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ। ਬਸ ਮੈਨੂੰ ਅੰਦਰ ਐਂਟਰਸ ਦਾ ਕੋਈ ਨਹੀਂ ਮਿਲਿਆ। ਇਸ ਸਾਈਡ ਤੋਂ ਦੇਖਦਾ ਜੇ ਮੈਨੂੰ ਕੋਈ ਅੰਦਰ ਐਂਟਰਸ ਮਿਲ ਗਈ। ਇਤਨੀ ਜਰਜਰ ਹਾਲਤ, ਕੋਈ ਵੀ ਅੰਦਰ ਜਾਣ ਨੂੰ ਰਸਤਾ ਨਹੀਂ। ਇੱਕ ਅਭੇਦ ਬਣਿਆ ਹੋਇਆ ਕਿਲ੍ਹੇ ਦਾ, ਇਹਨੂੰ ਅੰਦਰ ਕਿਹੜੇ ਤਰੀਕੇ ਨਾਲ ਜਾਇਆ ਜਾ ਸਕਦਾ। ਇਹ ਕਿਲ੍ਹੇ ਸੁਰੱਖਿਆ ਲਈ ਬਣੇ ਹੋਏ ਨੇ। ਇਹ ਉਹ ਸ਼ੇਰ ਸ਼ਾਹ ਸੂਰੀ ਹੈ ਜਿਹਨੇ ਜੀ ਟੀ ਰੋਡ ਦਾ ਨਿਰਮਾਣ ਕੀਤਾ ਸੀ ਕਲਕੱਤੇ ਤੋਂ ਲਾਹੌਰ ਤੱਕ। ਸਾਡੇ ਪੰਜਾਬ ਵਿੱਚੋਂ ਦੀ ਐਂਟਰ ਕਰਦਾ ਹੈ, ਅੰਬਾਲਾ, ਲੁਧਿਆਣਾ, ਅੰਮ੍ਰਿਤਸਰ। ਕੋਈ ਵੀ ਐਂਟਰਸ ਨਹੀਂ ਹੈਗੀ, ਐਂਟਰੀ ਵਾਲਾ ਕੋਈ ਵੀ ਨਹੀਂ ਹੈਗਾ। ਸ਼ਾਇਦ ਪੌੜੀ ਨਵਾਂ ਹੋਏ ਅੰਦਰ ਕਰਨ ਵਾਸਤੇ ਐਂਟਰ, ਪਰ ਉਹ ਵੀ ਨਹੀਂ ਹੈਗਾ। ਕਿਸੇ ਵੀ ਤਰ੍ਹਾਂ ਦਾ ਘਰ ਨੇ ਲੋਕਾਂ ਦੇ, ਕਿੱਡਾ ਇਤਿਹਾਸਕ ਧਰੋਹਰ ਨੇ। ਇਹ ਬਣਿਆ ਹੋਇਆ ਇਹਨਾਂ ਦੀ ਸੁਰੱਖਿਆ ਵਾਸਤੇ। ਦੱਸੀ ਪਰ ਮੈਨੂੰ ਇਹਦੀ ਐਂਟਰਸ ਨਹੀਂ ਮਿਲੀ। ਮੈਂ ਕਿਲ੍ਹੇ ਦਾ ਚਾਰ ਚੌਵੇਂ ਹੀ ਪਾਸਿਆਂ ਨੂੰ ਦੇਖ ਰਿਹਾ, ਪਤਾ ਨਹੀਂ ਕੀ ਭੇਦ ਹੈ। ਇਹ ਨਹੀਂ ਮਿਲਿਆ, ਇਸ 'ਤੇ ਅੰਦਰ ਜਾਣ ਰਸਤਾ ਨਹੀਂ ਮਿਲਿਆ। ਇਹ ਮੇਰੀ ਦਿਲੀ ਤਮੰਨਾ ਸੀ ਕਿ ਮੈਂ ਸ਼ੇਰ ਸੂਰ ਸੂਰੀ ਦਾ ਇਤਿਹਾਸਕ ਕਿਲ੍ਹਾ ਆ, ਸਾਡੇ ਇਤਿਹਾਸ ਨਾਲ ਸੰਬੰਧਿਤ ਉਹਨੂੰ ਦੇਖਾਂ, ਪਰ ਮੇਰੀ ਇਹ ਅੰਦਰ ਜਾਣ ਦੀ ਜਿਹੜੀ ਖੁਆਇਸ਼ ਸੀ ਉਹ ਅਧੂਰੀ ਰਹੀ ਹੈ। ਥੈਂਕ ਯੂ, ਧੰਨਵਾਦ।
सिर्फ तारा टप के ही अंदर जा सकता, और इहदा कोई होर कुछ नहीं। किसे पासों ढह ठेरी हो रहा किला, कोई चार दुआरी नहीं।